ਕਰਨਾ ਪਿਆ ਮੈਨੂੰ ਲੱਕੜੀ ਦਾ ਸਾਗ ਪੱਟੀ ਲਿਆਉਣੀ ਆ ਫਲਸੀਆ ਗੀਟਾ ਕੋ। ਹਾਂਜੀ ਅੱਜ ਦਿਲ ਕੀਤਾ ਮੈਂ ਕਿਹਾ ਸਾਗ ਅੱਜ ਗੰਦਣਾ ਦਾ ਤੋੜ ਤੇ ਪਕਾ ਲਵਾਂ ਤੇ ਕਿੰਦਾ ਤੋੜ ਕੇ ਲਿਆਂਦਾ ਈ। ਚੁੱਪ ਕਰ ਸੁਣ ਲਿਆ ਕਿਸੇ ਤੋਂ ਰੋਲਾ ਪਾਸ ਉਹ ਗੁਆਂਢੀਆਂ ਦੇ ਪੱਟ ਲਈ ਜਾਂਦੀ। ਚਲੋ ਪੱਟ ਲਿਆਂਦਾ ਨੀ ਮੈਂ ਸੁਣਿਆ ਤੇਰੀ ਬਹਿਣ ਨੀ ਕਿੰਤਲਾਕ ਆ ਗਈ ਏ। ਬਸ ਨਸੀਬ ਸਾਡੇ ਤਾਂ ਨਸੀਬ ਹੀ ਬਾੜੇ ਨੇ ਜਿਹੜੇ ਉਹ ਕੰਜਰਾਂ ਨਾਲ ਕਰਤੇ ਤਾਂ ਅਸੀਂ ਤਾਂ ਪਛਤਾਉਂਦੇ ਪਏ ਸ਼ੋ ਦਿਨ ਤਲਾਕ ਦੇ। ਚਲੋ ਉਹਦੇ ਮੁੜ ਵਿਚਾਰੀ ਦੇ ਮੁਕੱਦਰ। ਹਾਂਜੀ ਤੇ ਤੂੰ ਕਿਵੇਂ ਬਾਲਣ ਚਾਹੀ ਫਿਰ ਨੀ ਗੈਸ ਕੋਈ ਨਹੀਂ ਨੀ। ਗੈਸ ਕੋਈ ਨਹੀਂ ਤੇ ਆ ਲੱਕੜੀ ਲੱਭੀਆਂ ਤੇ ਮੈਂ ਲਈ ਜਾਂਦੀ ਆ ਤੇ ਮੈਂ ਵੀ ਪਕਾਉਣਾ ਸਾਗ। ਮੈਂ ਤਾਂ ਪੁੱਛਿਆ ਤੈਨੂੰ। ਚਲੋ ਅੱਲਾ ਦੇ ਸਪੁਰ ਦੇ ਜਾ ਮੇਰੀ ਭੈਣ ਤੁਰੰਤ ਕਰ ਦੀਏ ਤੰਗ ਢੋਲਾ ਤੁਰੰਤ। ਓਏ ਬਾਉ ਬੰਦਾ ਕੁਸੈਰ ਤੇ ਹੋ ਜਾਂਦਾ ਜਾਂ ਕੋ ਵੇਖ ਲੈਂਦਾ ਇੱਥੇ ਬੈਠਾ ਆਇਆ। ਹਾਏ ਹਾਏ ਹੁਣ ਉੱਥ ਵੀ ਬੋਕ ਬੈਠੇ ਹੀ ਰਹਿਣਾ ਈ। ਓਏ ਗੰਦੇ ਲੋਕ ਕਿਹੜੇ ਫਾੜੇ ਆਦਾ ਤੇ ਨਾ ਬੇਬੀਆਂ ਨੂੰ ਵੀ ਤੂੰ ਅੱਜ ਤੂੰ ਨਾ ਵੇਖ ਨਾ ਵੇਖੇ ਤਾਂ ਤੇਰਾ ਨਹੀਂ ਸਰਦਾ ਸਾਰਾ ਪਿਸ਼ਾਬ ਵੀ ਉਤਾ ਆ ਚੜਾ ਛੱਡ। ਤੂੰ ਇੱਕ ਤਾਂ ਜਿਹੜਾ ਹੈ ਨਾ ਤੇਰੀ ਜਿਹੜੀ ਚੁਤਰਾਣੀ ਏ ਬਹੁ ਢਿੱਲੀ ਢਿੱਲੀ ਬਲਾ ਰਾਜ ਕੇ ਢਿੱਲੀ। ਹੁਣ ਆ ਵੇਂਦਾ ਪਿਆ ਗੋਵੇ ਦਾ ਉਸ ਗੱਡਾ ਚ ਚਾ ਕਿਆ ਰੱਖਿਆ ਤੇ ਭੂਮੀ ਚ ਰੱਖਿਆ ਜੋ ਬਹੁ ਖਿਲਾਰ ਗਈਆਂ ਕੁਕੜੀ। ਹਾਂਜੀ ਤੇ ਗੋਵਾ ਆਏ ਪਿਆ ਸੁੱਕਦਾ ਦੰਮੀ ਤਾਂ ਇਹਦੀ ਥਪੀਵਣੀ ਥਾਪੀ ਵੀ ਉੱਕਾ ਕਾਈ ਨੀ ਜੀ ਚੌਧਰੀ ਸਾਹਿਬ। ਤੇ ਇੱਕ ਮੇਰਾ ਦਿਲ ਆਉਂਦਾ ਹੈ ਕਿ ਮੈਂ ਉੱਠੀ ਵਾਂ ਤੇ ਇਹ ਸਾਰੀਆਂ ਥਾਪੀਆਂ ਸੋਹਣੀਆਂ ਕਰਕੇ ਤਲਾ ਛੱਡਾ ਦੀਵਾਰ ਦੇ ਨਾਲ। ਆਹ ਗੱਲ ਠੀਕ ਹੈ ਚੌਧਰੀ ਸਾਹਿਬ। ਠੀਕ ਤਾਂ ਹੈ ਚਬਾਲ ਜੇ ਆ ਜੇ ਅਗਰ ਕਿਸੇ ਵੇਖ ਲਿਆ ਤੇ ਸਾਰੀ ਜ਼ਿੰਦਗੀ ਦੀ ਬਦਨਾਮੀ ਕਿ ਚੌਧਰੀ ਥਾਪੀਆਂ ਥਪੇਂਦਾ ਹੈ। ਇਹ ਤਾਂ ਗੱਲ ਹੈ ਤੁਹਾਡੀ। ਠੀਕ ਤਾਂ ਤੂੰ ਬੱਜ ਕੇ ਕਰ ਛੱਡੇਨਾ ਹੈ ਗੱਲ ਉਹ ਖੱਚ ਜੇ ਆ ਕੋਈ ਅਕੋਲ ਹੈ ਤੇਰੇ ਚ ਇਹ ਤਾਂ ਤੇਰੇ ਮੂੰਹ ਚੋਂ ਨਾ ਹੀ ਫੁੱਟੀ ਕਿ ਚੌਧਰੀ ਤੂੰ ਕਿਉਂ ਥਪੇਂਦਾ ਮੈਂ ਚ ਥਪੇਂਦਾ। ਮੈਂ ਥੱਪ ਦੇਣਾ ਚੌਧਰੀ ਸਾਹਿਬ ਹੁਣ ਆਖ ਦੇ ਨੇ ਕਿਹੜੀ ਗੱਲ ਹੁਣ ਆਖ ਦੇਣਾ ਬਸ ਕਰਨਾ ਚੌਧਰੇ ਰੌਲਾ। ਸਲਾਮ ਅਲੈਕੁਮ ਡਾਰ ਵਾਲੇਕੁਮ ਅਸਲਾਮ ਔਰ ਪੌਣ ਮਿਆ ਠੀਕ ਠਾਕ ਤੂੰ ਸੁਣਾ। ਆ ਚੌਧਰੇ ਰੌਲਾ ਜਿਹੜੇ ਨੇ ਸੁੱਲੇ ਦੇ ਸਵਾਣੇ ਮੋਟੇ ਮੋਟੇ ਛਾਪੇ ਲਈ ਜਾਂਦੇ ਆ ਮੈਂ ਪਿਆ ਹੱਥ ਵੱਡਾ ਪਿਸ਼ਾਬ ਕਰਦਾ ਤੇ ਮੈਨੂੰ ਵੀ ਡਰਾ ਛੱਡਿਆ ਸੂ ਉਹ ਭਾਈ ਆਉਣ ਦੇ ਡਰ ਤੋਂ ਮੇਰਾ ਪਿਸ਼ਾਬ ਵੀ ਉਤਾਂ ਚੜ ਗਿਆ। ਤੇਰ ਖਾਚ ਜੇ ਵੱਡਾ ਪਿਆ ਕਰਦਾ ਸੋ ਕਿਤਨਾ ਇੱਕ ਵੱਡਾ ਤੂੰ ਕਰਿੰਦਾ ਪਿਆ ਅਡਮੋੜ ਜੇ ਆ ਵੱਡਾ ਫਬਦਾ ਵੱਡਿਆਂ ਨੂੰ ਤੇਰਾ ਕੋਈ ਦੋਇਆ ਤੋ ਢੇਰ ਵੱਡਾ ਉਹ ਖਾਚਾ ਹੁਣ ਤੂੰ ਚੌਧਰੀ ਦੇ ਮੁਕਾਬਲੇ ਕਰਸੇ ਝੂਠਾ। ਆ ਚੁੱਪ ਕਰ ਕੇ ਬਾਵਾ ਚਲੋ ਮੈਂ ਠੇਕ ਮਾਲੇ ਵੱਡੇ ਹੱਥ ਵਿੱਚ ਧੋਣ ਮਜਾ ਨਹੀਂ ਇਹਦੀ ਐਡੀ ਹਿੰਮਤ ਹੈ ਜਿਹੜਾ ਹੈ ਨਾ ਸੱਚੀ ਗੱਲ ਤਾਂ ਹੈ ਨਾ ਜੇ ਅਗਰ ਹੈਲੀਕਾਪਟਰ ਦੀ ਐਡੀ ਸੁੱਲੀ ਦੀ ਸਵਾਣੀ ਦੀ ਅੰਨੀ ਪਾਟੀ ਹੋਈ ਕਿ ਮੇਰੀਆਂ ਲੱਕੜੀ ਚਾ ਕੇ ਲਾ ਆਵੇ ਸ਼ਰਮ ਤੇ ਹਿਆ ਹੀ ਨਹੀਂ ਆਉਂਦੀ ਗੱਲੇ ਕਹੋ ਸੁੱਲੀ ਚਾਚੇ ਢਿੱਡਾਲ ਨੂੰ ਲਾਏ ਆਵੇ ਜੀ ਤੂੰ ਮੁੱਲ ਲੈਣੀਆਂ ਇੰਨੇ ਮੈਂ ਠੇਕਾ ਚਾਹ ਹੋਇਆ ਸਾਰਿਆਂ ਦਾ ਤੈਨੂੰ ਮੈਂ ਆਣਾ ਫੇਰਾ ਸ਼ੇਰਾ ਮਾਰਿਆ ਕਰ ਜਾਵੇ ਨਾ ਤੂੰ ਸੁੱਲੀ ਦੇ ਗਾਰ ਤੇ ਸੁੱਲੀ ਨੂੰ ਗਲਮੇ ਕੋਲ ਫਾਦ ਕੇ ਤੇ ਧਰੂ ਕਿਉਂ ਰਾ ਲਾਇਆ ਬੇਹਿਆ ਨੂੰ ਚੌਧਰੀ ਸਾਹਿਬ ਜੋ ਗਲਮੇ ਤੋਂ ਨਾ ਫਤਨ ਦੇਵੇ ਤੇ ਮੋੜ ਅੱਗੇ ਫਾਕ ਠੀਕ ਹੈ ਲਾਇਆ ਕਾ ਉਹਨੂੰ ਤਮਾਸ਼ਾ ਨਹੀਂ ਵੇਖਿਆ ਜਿਹੜਾ ਕੋਈ ਆਵੇ ਇੱਧੂ ਆਇਆ ਕੋਈ ਤੇ ਗੰਦਲਾ ਬਨ ਕੇ ਵਗ ਗਿਆ ਮੇਰੀਆਂ ਕੋਈ ਇੱਧੂ ਆਇਆ ਤੇ ਲੱਕੜੀ ਚਾ ਕੇ ਵਗ ਗਿਆ ਇਹਦਾ ਡਰਾਮਾ ਨਹੀਂ ਵੇਖਿਓ ਆ ਕਿਸੇ ਦੇ ਮੋੜ ਜੇ ਦਾ ਛੱਲੇ ਤੇ ਕੇ ਸਾਂਝਾ ਮੁਕਾਈਆਂ ਨੀ ਛੱਲੇ ਦੇ ਕੇ ਤੇ ਸਾਜਾ ਮੁਕਾਈਆਂ ਨੀ ਉਹ ਸਾਨੂੰ ਛੱਡ ਕੇ ਤੇ ਗੈਰਾਂ ਨਾਲ ਲਾਈਆਂ ਨੀ ਉਹ ਸਾਨੂੰ ਛੱਡ ਕੇ ਤੇ ਗੈਰਾਂ ਨਾਲ ਲਾਈਆਂ ਨੀ ਕੀਤੇ ਵਾਦੇ ਤੇ ਕਸਮਾਂ ਵਿੱਚ ਮੈਂ ਮੋਢੇ ਤਰਕ ਕੀ ਹੋਇਆ ਡਰ ਗਿਆ ਮੈਂ ਕਿਹਾ ਮੈਨੂੰ ਮਾਰੂ ਹੈ ਗਾਣਾ ਚੰਗਾ ਨਹੀਂ ਆ ਗਾਣਾ ਤੇ ਚੰਗਾ ਆਇਆ ਤੇ ਆ ਲੱਕੜੀ ਤੋਂ ਕੋਣ ਮੈਂ ਵਾੜ ਲਿਆ ਆਈ ਹਾਂ ਮੈਂ ਇੱਕ ਹੋਰ ਨਾ ਗਾਣਾ ਚੰਗਾ ਹੈ ਨਾ ਆਵਾਜ਼ ਵੀ ਸਹੀ ਹੈ ਨਾ ਮੇਰੀ ਸਹੀ ਹੈ ਮੈਂ ਨਾ ਮੈਂ ਗਾਇਆ ਕਰਾਂ ਤੇ ਤੂੰ ਨੱਚਿਆ ਕਰ ਚੱਲ ਗਾ ਖਬਲਾ ਛੱਲੇ ਦੇ ਕੇ ਤੇ ਕੀ ਗੱਲ ਕਰ ਗਿਆ ਯਾਰ ਰਜਸਾ ਹੈ ਰਜਸਾ ਹੈ ਤੂੰ ਬਸ ਇੰਜ ਹੀ ਰਜਦਾ ਰਿਹਾ ਕਰ ਘਰ ਦੇ ਤੇ ਕਰਨ ਲੱਗਾ ਤੈਨੂੰ ਮੌਤ ਪੈ ਜਾਂਦੀ ਆ ਲੱਕੜੀ ਟੋਕ ਟੁੱਕਰ ਕਰ ਤੇ ਤੂੰ ਸੁਬਾ ਦੀ ਕਿਤੇ ਗਈ ਗਈ ਮੈਂ ਰੋਲੇ ਜੀ ਲੱਕੜੀ ਵਾੜ ਕੇ ਨਿਰਜੋ ਆ ਲਿਆਂਦੀਆਂ ਇੰਨੀ ਉਹ ਹਾਂ ਨਹੀਂ ਕੋਈ ਨਾ ਮਰੱਬਾ ਵੇਲਾ
सूर फिटिया खा 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 के तमाशा लाई रख दा दा। कौन है पुन्नू आ चाची ते आ जा पुन्नू की होए खैर होवे चाचा सुन ले की दे ओ ता लकड़ी टुकण वागे बाहर लकड़ी टुकण वागे हां चाचा सुन ले आवी और हां हां पुन्नू खैर है चाचा सुन ले तई चौकड़ी रोला सरदा पे खैर होवे सही ओन चाक पूछ लेवे चलो वेखियाई ना जिंदे नसीबा च होवण की तू टोक ते मैं मुंदा फिर ओ नसीबा दी गल काई नहीं हुंदी लकड़ी चाहिए इने चोरी इस वास्ते सरदा पे चौकड़ी रोला लकड़ी कहां चाहिए आ तेरी सवानी चाह के ले आंदी ना 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 सवानी मेरी ते कदे तीला बन के दोरा नहीं कीता हां तीला दोरा होंदा ने लकड़ी आईडी आईडी चाह के लाए हुंदी है चौधरी रोले दियां तैनू किने आके मैं कोई नहीं वडियां लकड़ी चाचा जी तू पेशाब करदे पैन उठाया ही वड्डा उन्ने आके दसया डेरे च कौन आओ हेलीकॉप्टर हेलीकॉप्टर ते है ही लानत पिंड दे विच चुगलियां चावण वास्ते ਉਹਨੂੰ ਹੋਰ ਕੰਮ ਨਹੀਂ ਹੁੰਦਾ ਪੂਰੀ ਦਿਹਾੜੀ ਉਹ ਖਾਜਾ ਸਰਾ ਹੁੰਦਾ ਤੇ ਉਹ ਹੁੰਦਾ ਇਸ ਬੰਦੇ ਨੂੰ ਤਾਂ ਪਿੰਡ ਚ ਕੱਢਣਾ ਚਾਹੀਦਾ ਚੁਗਲ ਖੋਰ ਹੈ ਬੰਦਾ ਹੁਣ ਚੱਲ ਸਹੀ ਕਿ ਮੈਂ ਚਾਰ ਬੰਦੇ ਹੋਰ ਸੱਦਾ ਨਹੀਂ ਵਗ ਚੱਲਦੇ ਚੱਲ ਅੱਗੇ ਲੈ ਮੈਂ ਸਿਰਫ ਲੱਕੜੀ ਦਾ ਚੱਲਿਆ ਜਾਂਦਾ ਪਿਆ ਵੀ ਇਹ ਟੋਕਲੀ ਸੀ ਸਾਡੀ ਆਦੀਆਂ ਲੱਕੜੀ ਪਈਆਂ ਮੋਟੀਆਂ ਮੋਟੀਆਂ ਚਰਨਾਠਾ ਉਰਾ ਪਹਿਲੇ ਤੈਨੂੰ ਤਾਂ ਮੈਂ ਟੁੱਕਾਂ ਚਲਾ ਜਾ ਮੇਰੇ ਆਪਦੇ ਤੇ ਰੋਟੀ ਪੱਕੀ ਪਈ ਹੋਵੇ ਨਹੀਂ ਤਾਂ ਬੰਦਾ ਮੈਂ ਜਿਹੜਾ ਨਾ ਤੈਨੂੰ ਪਤਾ ਵੀ ਕੁੱਤਾ ਜਿਹਾ ਚਾਚੇ ਨੂੰ ਚਾਰ ਛੰਡਿਆ ਕਰਿਆ ਤਾਂ ਹੁਣ ਤੇ ਲਿਸਨ ਹੋ ਗਿਆ ਹੋਇਆ ਇਹ ਨਹੀਂ ਤਾਂ ਕਦੀ ਸੂਰ ਵੀ ਫਿੱਟੇ ਨੇ ਉਹ ਹੋਰ ਮੋਟੇ ਹੁੰਦੇ ਨੇ ਚੱਲ ਕਾਗਾ ਤੇਰੀ ਤੜੜੀ ਉਹ ਕੱਢੇ ਖਰੋਲਾ ਮੈਂ ਤਾਂ ਲੈ ਆਈ ਤੈ ਤੂੰ ਵੀ ਨਾ ਇੱਡੇ ਡੇ ਮਨ ਖਾਸ ਜਾਨ ਛੁੱਟੀ ਤੇਰੇ ਤੈਨੂੰ ਤਾਂ ਥਾਣੇ ਚ ਫੜਾਵੇ ਜ਼ਲੀਲ ਹੁਣ ਦੂਏ ਦੇ ਦਾ ਲੱਗੋ ਆ ਅੱਜ ਤਾਈ ਹੋ ਜਾਸੀ ਜਾਂ ਕੋਈ ਨਾ ਹੋ ਜਾਸੀ ਕਾਲੀ ਤੋਂ ਇਹੋ ਆਖਿਆ ਹੋ ਜਾਸੀ ਸ਼ਾਮ ਤਾਈ ਅੱਜ ਹੀ ਹੋਆ ਸ਼ਾਮ ਪਾਏ ਗਈ शर्म हया नहीं होया की चौधरी साहब को दस सो ता शर्म हया तो होंदा हर बंदे च होंदा ਹੁਣ ਤੁਸੀਂ ਕਿਹੜਾ ਬੇਸ਼ਰਮ ਹੀ ਨੇ ਬਾਕ ਨਹੀਂ ਖੱਗ ਮੂੰਹ ਕਿਹੜੀ ਗੱਲ ਤੋਂ ਪਟੈਂਦਾ ਪਿਆ ਹੁਣ ਮੈਨੂੰ ਉਲਟਾ ਪੇ ਤੂੰ ਸਮਝਾਈਨਾ ਗੱਲਾਂ ਪਿਆ ਕਰੇਨਾ ਬੇਹਿਆ ਵਾ ਜਿਹੜਾ ਰਨ ਨੂੰ ਗਲਿਆ ਤੇ ਲੱਕੜੀ ਦਾ ਥੱਬਾ ਲਾ ਕੇ ਗਈ ਆ ਚੌਧਰੀ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਅਸੀਂ ਗਰੀਬ ਲੋਕ ਹੁੰਦੇ ਆ ਨਾ ਅਸੀਂ ਖਾਣਾ ਹੁੰਦਾ ਤੁਹਾਡੇ ਕੋਲੋਂ ਠੀਕ ਹੈ ਹੁਣ ਤੂੰ ਮੈਨੂੰ ਇਹ ਦੱਸ ਅਸੀਂ ਲੱਕੜੀ ਕਿਦੋਂ ਲੈ ਕੇ ਆਵੀ ਕਿਸੇ ਸ਼ਹਿਰ ਚ ਲਾਹੌਰ ਚ ਪੱਟ ਕੇ ਲੈ ਆਵੀ ਦਿਹਾੜੀ ਕਰ ਮਜ਼ਦੂਰੀ ਕਰ ਜੋ ਮਰਜ਼ੀ ਦਿਓ ਦਿਲ ਕਰਿੰਦਾ ਹੀ ਤੂੰ ਕਰ ਮੈਂ ਠੇਕਾ ਚਾਹ ਹੋਇਆ ਤੁਹਾਡਾ ਚੌਧਰੀ ਸਾਹਿਬ ਐ ਇਤਨੀਆਂ ਲੱਕੜੀ ਖਲੇਨ ਇਤਨੀਆਂ ਲੱਕੜੀ ਤੁਸੀਂ ਪੂਰੀ ਕਰ ਲਾ ਹੁਣ ਗੱਲ ਪੂਰੀ ਕਿ ਮੈਂ ਇਹਨਾਂ ਸਾਰੀਆਂ ਲੱਕੜੀ ਨੂੰ ਮੈਂ ਅਗਾ ਸਮਝ ਗਿਆ ਤੂੰ ਨਾ ਵੀ ਕਰੇ ਤਾਂ ਬੇਹਈਆ ਓ ਚੌਧਰੀ ਸਾਹਿਬ ਓ ਮੈਨੂੰ ਤਾਂ ਪੈਸੇ ਦਿਓ ਯਾਰ ਤੁਹਾਡਾ ਪੀਟਰ ਠੀਕ ਹੋ ਗਿਆ ਅੱਲਾ ਖੈਰ ਸੁਖ ਰੱਖੇ ਹੁਣ ਤੈਨੂੰ ਕੱਲ ਦਿੱਤਿਆਂ ਨੂੰ ਥੋੜੇ ਹੀ ਹੈ ਡੰਮੀ ਪਰਸ ਮੋੜੇ ਖਰਾਬ ਹੋ ਜਾਵਣਾ ਮੋੜ ਆਵਣਾ ਹੀ ਉਸ ਲਾਇ ਲਵੀ ਕਰ ਲਈ ਸਾਂ ਉਸ ਲੱਕੱਠੇ ਪੈਸਿਆਂ ਦੇ मेनू ए दसो ਲੱਕੜੀ ਉਵੇਂ ਚਾ ਕੇ ਇੱਥੇ ਰੱਖ ਚ ਮੇਰੀ ਆਰਾਮ ਨਾਲ ਭਾਈ ਜੀ ਗੱਲ ਸੁਣੋ ਲੱਕੜੀ ਤੂੰ ਵੇਖੀ ਰਾਹ ਦੀ ਅੱਖੀ ਨਾ ਸਵਾਣੀ ਮੇਰੀ ਨੂੰ ਚਾਹੀ ਜਾਂਦੀ ਮੈਨੂੰ ਹੈਲੀਕਾਪਟਰ ਦੱਸਿਆ ਹੈ ਮੈਂ ਓਏ ਉਹ ਕੁੱਤਾ ਐਵੇਂ ਬੌਕਦਾ ਹੈ ਚਲੋ ਠੀਕ ਹੈ ਮੈਂ ਵੇਖ ਲੈਸਾਂ ਹਾਂ ਜਦੋਂ ਤੁਸੀਂ ਆਹ ਦੀ ਅੱਖੀ ਨਾ ਵੇਖੋ ਤਾਂ ਮੀਆਂ ਸਾਨੂੰ ਲਿੱਤਰ ਮਰਿਆ ਦੋਵਾਂ ਸਵਾਣੀ ਮਰਦ ਨੂੰ ਬੱਜ ਜਾ ਪਰਾਂ ਸਿਰ ਲਾ ਜਾ ਚਲੋ ਮੈਨੂੰ ਦੇ ਦਿਓ ਕੋਈ ਸ਼ਾਇ ਮੈਂ ਕਿਰਾਇਆ ਵੀ ਲਾ ਕੇ ਜਾਣਾ ਵਾਪਸ ਮੈਂ ਭੱਜ ਜਾ ਕਿਉਂ ਇੱਥੇ ਕਿਰਾਇਆ ਲਾ ਕੇ ਜਾਵਣਾ ਈ ਤੂੰ ਉਹ ਭੁੱਖਾ ਨੰਗਾ ਟੋਰ ਪਿਆ ਲੈ ਮਿਸਤਰੀ ਵੇ ਮੂੰਹ ਵੇ ਕੁੱਤਰ ਪਈਆ ਹੀ ਕੋਈ ਨਹੀਂ ਤੇ ਮਿਸਤਰੀ ਬਣਿਆ ਵਾ ਇਹਨਾਂ ਖੱਚਾ ਨੂੰ ਚੌਧੇ ਤੇ ਇਤਬਾਰ ਹੀ ਕੋਈ ਨਹੀਂ ਚੁੱਪ ਕਰੇ ਨਾ ਇਹ ਸੁੱਲੀ ਹੋਰਾਂ ਨਹੀਂ ਕੁਕੜੀ ਹੈ ਹੈਨ ਚੌਧੀ ਸਾਹਿਬ ਤੇ ਬਸ ਇਹ ਆਪਣੀ ਕਰੰਦਨ ਚੋਰੀ ਮੈਂ ਨਾਂਦੀ ਕਰੇ ਸ ਪਰ ਠੀਕ ਹੋ ਗਿਆ ਮੈਂ ਜਾਵਾਂ ਤੂੰ ਜਾ ਤੁਰ ਤੁਰ ਜਾਨੂ ਆਗਾ ਹਾਂ ਆ ਜਾ
ਆਪਣਾ ਜਾਨੋ ਹਾਂ ਆ ਉੱਥੇ ਮਾਪ ਸ਼ਾਪ ਕੀਤਾ ਹੀ ਆ ਤੇ ਉਸ ਤੋਂ ਨਾ ਅਗਾ ਜਾ ਕਰ ਲਵੇ ਅੱਛਾ ਕੋਈ ਉਤੋਂ ਆ ਨਾ ਜਾਵੇ ਵੇਖ ਨਾ ਲੱਗੇ ਲਾ ਅੱਛਾ ਤੇ ਜ਼ਰਾ ਖਿਆਲ ਨਾਲ ਪਾਣੀ ਠੱਡਾ ਏ ਤੇ ਆ ਜਾ ਕਰਾ ਹੀ ਦੇ ਓਏ ਹੋਏ ਚੱਲ ਤਾਂ ਸਹੀ ਹਾਂ ਵੇਖੇ ਆ ਜਾਨੋ ਇਹ ਜਗ੍ਹਾ ਸਾਫ਼ ਹੈ ਕਿ ਮੈਂ ਆਣ ਕੇ ਕਰ ਜਾਵਾਂ ਅੱਛਾ ਕਰਦੇ ਆ ਅੱਛਾ ਚਲੋ ਠੀਕ ਹੈ ਮੈਂ ਇੱਥੇ ਮੇਰਾ ਦਿਲ ਭਰ ਜਾਣੇ ਬੁੱਲਿਆਂ ਤੇ ਪਿਆਰ ਕਹਾਣੀ ਸਾਵਾਂ ਚ ਆਏ ਤੂਫਾਨ ਮੌਸਮ ਹੋਇਆ ਓਏ ਹੋਏ ਹੋਏ ਇੱਕਰ ਖੋਜ ਮੈਂ ਜਗ੍ਹਾ ਸਾਫ਼ ਕਰ ਲਓ ਜਾਨੋ ਓਏ ਹੋਏ ਹੋਏ ਕਰਦਾ ਪਿਆ ਸੀ ਚੌਧਰੀ ਚੋਰ ਹੈ ਹਾਂਜੀ ਚੌਧਰੀ ਸਾਹਿਬ ਹੁਣ ਇੱਕੋ ਹੀ ਗੱਲ ਹੈ ਵੀ ਹਾਂ ਤੇ ਚੌਧਰੀ ਨੂੰ ਲਿੱਤਰ ਪਵਣੇ ਠੀਕ ਹੈ ਮੈਂ ਆਨਾ ਵੀ ਚੌਧਰੀ ਨਾ 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 ਲਿੱਤਰ ਨਾ ਮਾਰੋ ਆਪਾਂ ਮੁੜ ਵੀ ਹਯਾ ਕਰਨਾ ਵੀ ਆਪਣੇ ਪਿੰਡ ਦਾ ਚੌਧਰੀ ਹੈ ਜ਼ਿਮੀਦਾਰ ਗੱਲ ਇਹ ਵੀ ਮੈਨੂੰ ਆਂਦਾ ਵੀ ਲੱਕੜੀ ਚੋਰੀ ਕੀਤੀਆਂ ਨੇ ਅੱਛਾ ਵੀ ਗੱਲ ਸਿੱਧੀ ਵੀ ਲੱਕੜੀ ਅਸੀਂ ਚਾਈਆਂ ਚਾਈਆਂ ਠੀਕ ਹੈ ਅਸੀਂ ਹਾਂ ਗਰੀਬ ਬੰਦੇ ਹਾਂਜੀ ਅਸੀਂ ਤਾਂ ਲੱਕੜੀ ਚਾ ਲਈਆਂ ਮੁੱਕੇਰ ਵੀ ਗਏ ਇਹਨਾਂ ਤੇ ਇਹ ਗੱਲ ਪੰਦੀ ਹੈ ਨਹੀਂ ਪਾਉਂਦੇ ਆ ਜਿਹੜੇ ਚੋਰੀ ਕਰਦਾ ਪਿਆ ਇਹ ਤੇਰੀਆਂ ਫੁੱਲਾਂ ਚੌਧਰੀ ਚੁੱਪ ਕਰਕੇ ਕਿਉਂ ਖਲੋ ਗਿਆ ਜਵਾਬ ਦੇ ਸਨਾ ਵੇਖ ਤੂੰ ਸਿਆਣੀ ਬਿਆਣੀ ਹੈ ਹਾਂਜੀ ਭਈ ਮਾੜੇ ਬੰਦੇ ਆ ਤੇ ਸਾਡੇ ਕੋਲ ਆ ਜੂੰਗਾ ਹੈ ਸਿਰਫ ਆ ਚਾਰ ਮੁਰਗੀਆਂ ਤਾਂ ਹੈ ਹੋਰ ਸਾਡੇ ਕੋਲ ਹੈ ਕੀ ਹਾਂ ਜਵਾਬ ਦੇ ਇਹਨਾਂ ਗੱਲਾਂ ਦਾ ਪੁੱਛਦੇ ਨਹੀਂ ਪਏ ਚਾਰ ਦੀਆਂ ਮੁੱਛਾਂ ਰੱਖ ਤੇ ਚੌਧਰੀ ਬਾਂਟ ਤੇ ਕਰਨੀਆਂ ਚੋਰੀਆਂ ਹੁਣ ਇੱਕ ਵਾਰ ਖਲੋ ਤਾਂ ਜਾਓ ਹੁਣ ਇਹਦੇ ਕੋਲੋਂ ਕੰਨ ਫਦਾ ਵੀਏ ਬਸ ਇਹ ਰਹਿ ਬੜੇ ਹੁਣ ਜਾਵਣ ਦਿਓ ਮੈਨੂੰ ਖਾਚ ਵਾਜ ਗਈ ਕੰਨ ਫੰਦੀ ਨਾ ਤੇਰੀ ਚਤਰਾਟ ਸਾਰੀ ਨਿਕਲ ਗਈ ਹਾਂ ਚੱਲ